Hello everyone, welcome you all in your own channel Learn Everything. So aaj di jo important announcement hai, that is for chemistry. Theek hai ji, assi na hun chemistry di preparation kidda shuru karange. Appa daily na 5 MCQ, theek hai, jehde 5 MCQs karya karange. Main unna nu changi tarah tuhanu explain karya karangi, panj hi karange, but oh quality wise vadhiya honge. Itthe quantity nahi matter karegi, quality matter karegi. Ho sakda tuhanu 5 MCQs de vichon tuhanu 10 ya 15 MCQs hor di matlab knowledge mil jave. Theek hai na, matlab apan unnu quality way de vich karange ki ਨਾਲ ਨਾਲ ਤੁਹਾਡਾ ਜਿਹੜਾ ਕਨਸੈਪਟ ਆ ਉਸ ਟੌਪਿਕ ਨੂੰ ਲੈ ਕੇ ਕਲੀਅਰ ਹੋਵੇ. ਠੀਕ ਹੈ, ਥੋੜ੍ਹਾ ਇੰਟਰਸਟਿੰਗ ਬਣਾਵਾਂਗੇ ਆਪਾਂ ਇਹਨੂੰ. ਠੀਕ ਹੈ, ਹੁਣ ਪ੍ਰੋਸੀਜਰ ਸਮਝ ਲਓ ਜ਼ਰਾ. ਪਹਿਲੇ 6 ਦਿਨ ਲਗਾਤਾਰ ਦਾ ਮਤਲਬ ਇਹ ਨਹੀਂ ਹੈ ਕਿ ਹੋ ਸਕਦਾ ਕਈ ਵਾਰੀ ਕੋਈ ਇੰਪੋਰਟੈਂਟ ਕੰਮ ਹੁੰਦਾ ਤਾਂ ਇੱਕ ਦਿਨ ਵੀਡੀਓ ਨਹੀਂ ਵੀ ਅਪਲੋਡ ਹੁੰਦੀ, ਬਟ ਇੱਦਾਂ ਹੋਏਗਾ ਕਿ 6 ਜਦੋਂ ਵੀਡੀਓਜ਼ ਅਪਲੋਡ ਹੋ ਜਾਣਗੇ, ਯਾਨੀ 6 ਦਿਨ MCQs ਹੋ ਜਾਣਗੇ, ਯਾਨੀ 30 MCQs ਹੋ ਜਾਣਗੇ, ਤਾਂ 7ਵੇਂ ਦਿਨ ਉਹਨਾਂ ਦਾ ਟੈਸਟ ਹੋਏਗਾ. ਉਹ 30 MCQs ਦਾ ਕੀ ਹੋਏਗਾ, ਤੁਹਾਡਾ ਟੈਸਟ ਹੋਏਗਾ. ਜਿਨ੍ਹਾਂ ਨੇ ਰੈਗੂਲਰ ਜਿਹੜਾ ਫੋਲੋ ਕਰਨਾ, ਉਹ ਪ੍ਰੋਪਰਲੀ ਟੈਸਟ ਪਾਰਟੀਸਪੇਸ਼ਨ ਵੀ ਕਰਨ. ਠੀਕ ਹੈ, ਬਹੁਤ ਸਾਰੇ ਹੁੰਦੇ ਆ, ਜਿੱਦਾਂ ਮੈਂ ਕੋਈ ਸ਼ੁਰੂ ਕਰਦੀ ਹਾਂ ਤਾਂ ਫਿਰ ਉਹ ਟੈਸਟ ਤਾਂ ਪਾਰਟੀਸਪੇਟ ਕਰਦੇ ਨਹੀਂ. ਸੋ ਆਪਣੀ ਵੀ ਫੁੱਲ ਪਾਰਟੀਸਪੇਸ਼ਨ ਦਿਆ ਕਰੋ. ਠੀਕ ਹੈ, ਤੁਸੀਂ ਉਹਨੂੰ ਜੇ ਪ੍ਰੋਪਰ ਵੇ ਨਾਲ ਕਰੋਗੇ, ਇੱਕ ਵਧੀਆ ਕਨੈਕਸ਼ਨ ਬਣਦਾ, ਅਤੇ ਆਪਾਂ ਨੂੰ ਵੀ ਮੋਟੀਵੇਸ਼ਨ ਮਿਲਦੀ ਆ ਵੀ ਹਾਂ ਇਹ ਪ੍ਰੋਪਰਲੀ ਪਾਰਟੀਸਪੇਟ ਕਰ ਰਹੇ ਨੇ ਹਰ ਐਕਟੀਵਿਟੀ ਦੇ ਵਿੱਚ. ਤਾਂ ਠੀਕ ਹੈ ਵੀ ਫਿਰ ਕੰਟੀਨਿਊ ਰੱਖਦੇ ਹਾਂ ਉਸ ਚੀਜ਼ ਨੂੰ ਅੱਗੇ. ਠੀਕ ਹੈ, ਸੋ ਜੇ ਤੁਸੀਂ ਉਹਨੂੰ ਚੰਗੀ ਤਰ੍ਹਾਂ ਕਰੋਗੇ ਦੈਨ ਤੁਹਾਡਾ ਵੀ ਇੱਕ ਕੀ ਹੋਏਗਾ. ਦੇਖੋ ਹੁਣ ਨਵੀਆਂ ਪੋਸਟਾਂ ਦੀ ਅਨਾਊਂਸਮੈਂਟ ਤਾਂ ਹੋ ਗਈ ਆ, ਕਦੀ ਵੀ ਆ ਸਕਦੀਆਂ ਹੈ ਨਾ. ਹੁਣ ਫੈਬਰੀ ਤੱਕ ਬਸ ਖਤਮ ਹੋ ਚੱਲਾ ਆ, ਅਤੇ ਫੈਬਰੀ ਹੈ ਮਤਲਬ 10 ਤਰੀਕ ਦੇ ਲਾਗੇ ਛਾਗੇ ਅਸੀਂ ਪਹੁੰਚ ਗਏ. ਹੋਰ ਕਿੰਨੇ 20 ਦਿਨ ਰਹਿ ਗਏ ਨੇ ਥੋੜ੍ਹੇ. ਠੀਕ ਹੈ, 18-20 ਦਿਨ ਰਹਿ ਗਏ ਨੇ. ਤਾਂ ਉਸ ਤੋਂ ਬਾਅਦ ਕੀ ਹੈਗਾ ਆ ਕਿ ਮਾਰਚ ਆ ਗਿਆ, ਅਪ੍ਰੈਲ ਆ ਗਿਆ, ਮਈ, ਠੀਕ ਹੈ, ਜੂਨ ਜੁਲਾਈ ਦੇ ਵਿੱਚ ਹੋ ਸਕਦਾ ਇਹ ਪੋਸਟਾਂ ਆ ਜਾਣ. ਠੀਕ ਹੈ, ਸੋ ਮਤਲਬ ਕਿ ਬੀ ਪ੍ਰਪੇਅਰ, ਕਦੀ ਵੀ ਇਹ ਅਨਾਊਂਸਮੈਂਟ ਜਿਹੜੀ ਆ ਹੋ ਸਕਦੀ ਹੈ ਕਿ ਇਹਦਾ ਨੋਟੀਫਿਕੇਸ਼ਨ ਦੀ ਵਿਦ ਇਨ ਦਾ 3 or 4 months, ਕਿਉਂਕਿ ਜ਼ਿਲ੍ਹੇ ਦੀਆਂ ਪੋਸਟਾਂ ਆਉਣੀਆਂ ਹੀ ਹੈਗੀਆਂ. ਉਹਦੇ ਲਈ ਤੁਸੀਂ ਪ੍ਰਿਪੇਅਰ ਰਹੋ. ਆਪਾਂ ਕੈਮਿਸਟਰੀ ਲਈ ਬਹੁਤ ਵਧੀਆ ਤਰ੍ਹਾਂ ਤਿਆਰੀ ਕਰਾਂਗੇ. ਠੀਕ ਹੈ, ਤੁਸੀਂ ਵੀ ਆਪਣੇ ਨਾਲ ਫੁੱਲ ਕੋਆਪਰੇਸ਼ਨ ਜਿਹੜਾ ਆ ਉਹ ਦਿਓ. ਠੀਕ ਹੈ, ਮੈਂ ਤੁਹਾਨੂੰ ਡੇਲੀ 5 MCQs ਕਰਵਾਇਆ ਕਰਾਂਗੀ ਚੰਗੀ ਤਰ੍ਹਾਂ. ਠੀਕ ਹੈ, ਤਾਂ ਕਿ ਤੁਹਾਡਾ ਉਹਦੇ ਰਿਗਾਰਡਿੰਗ ਸਾਰਾ ਜਿਹੜਾ ਕਨਸੈਪਟ ਆ ਉਹ ਨਾਲ ਦਾ ਕਲੀਅਰ ਹੋ ਜਾਵੇ. ਠੀਕ ਹੈ, ਅਤੇ 7ਵੇਂ ਦਿਨ ਉਹਦਾ ਟੈਸਟ ਹੋ ਜਾਏਗਾ. ਸੋ ਇੱਕ ਹਫ਼ਤੇ ਦਾ ਪ੍ਰੋਸੀਜਰ ਬਣਾਇਆ, ਮਤਲਬ ਇੱਕ ਹਫ਼ਤੇ ਦੇ ਵਿੱਚ ਤੁਹਾਡਾ ਇੱਦਾਂ ਹੋ ਜਾਇਆ ਕਰੇਗਾ. ਠੀਕ ਹੈ, ਸੋ ਬਾਕੀ ਜਿਹੜੇ ਕਨਸੈਪਟ ਦੀਆਂ ਸਾਰਿਆਂ ਦੀ ਵੀਡੀਓ, ਉਹ ਤਾਂ ਮੈਂ ਆਪਣੇ ਚੈਨਲ 'ਤੇ ਆਲਰੇਡੀ ਅਪਲੋਡ ਕਰ ਚੁੱਕੀ ਹਾਂ. ਥੋੜ੍ਹੇ ਬਹੁਤੇ ਹੋਏਗਾ ਕਿ ਸਿਲੇਬਸ 'ਚ ਕੁਛ ਰਹਿੰਦਾ ਹੋਏਗਾ, ਮੋਸਟ ਆਫ ਦੀ ਤਾਂ ਮੈਂ ਕਵਰ ਕਰਵਾ ਚੁੱਕੀ ਹਾਂ. ਤੁਸੀਂ ਚੈਨਲ ਦੀ ਪਲੇਲਿਸਟ 'ਚ ਜਾ ਕੇ ਦੇਖ ਸਕਦੇ ਹੋ ਕੈਮਿਸਟਰੀ ਵਾਲੇ ਸੈਕਸ਼ਨ ਦੇ ਵਿੱਚ. ਠੀਕ ਹੈ, ਬਟ ਹੁਣ ਆਪਾਂ ਜਿਹੜਾ ਥੋੜ੍ਹਾ ਇਹਨੂੰ ਇੰਟਰਸਟਿੰਗ ਵੇ ਨਾਲ ਕਰਾਂਗੇ ਕਿ 5 MCQs ਹੋਣਗੇ, ਉਹਨਾਂ ਚੰਗੀ ਤਰ੍ਹਾਂ ਐਕਸਪਲੇਨ ਕੀਤਾ ਜਾਏਗਾ. ਉਹਦੇ ਨਾਲ ਕੀ ਹੋਏਗਾ, ਤੁਹਾਨੂੰ ਵੀ ਉਹਦੀ ਜੋ ਬਰੀਫ ਦੇ ਵਿੱਚ ਨੌਲੇਜ ਜਿਹੜੀ ਉਹ ਮਿਲ ਜਾਏਗੀ. ਠੀਕ ਹੈ, ਸੋ ਇਸ ਤਰ੍ਹਾਂ ਕਰਾਂਗੇ. ਸੋ ਇਹਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਉ ਜਿਹੜੇ ਵੀ ਨਾਲ ਤੁਹਾਡੇ ਕੈਮਿਸਟਰੀ ਦੀ ਪ੍ਰੈਪਰੇਸ਼ਨ ਕਰਨਾ ਚਾਹੁੰਦੇ ਆ. ਠੀਕ ਹੈ, ਤਾਂ ਕਿ ਉਹਨਾਂ ਨੂੰ ਵੀ ਫੁੱਲ ਬੈਨੀਫਿਟ ਜਿਹੜਾ ਮਿਲ ਜਾਵੇ, ਅਤੇ ਤੁਸੀਂ ਵੀ ਇਹਦੇ ਲਈ ਵੀ ਪ੍ਰਿਪੇਅਰ ਹੋ. ਥੈਂਕਸ ਫੋਰ ਵਾਚਿੰਗ ਦਾ ਵੀਡੀਓ.